ਪੰਜਾਬ ਅੰਦਰ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਪੱਤਰਾਂ ਦੀ ਜਾਂਚ ਦਾ ਕੰਮ ਮੁਕੰਮਲ ਹੋ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਅੱਜ ਬਲਾਕ ਕਾਦੀਆਂ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫ਼ਤਰ ਵਿਖੇ ਵੱਖ ਵੱਖ ਜਥੇਬੰਦੀਆਂ ਸਮੇਤ ਕੁਝ ਪਿੰਡਾਂ ਅੰਦਰ ਪੰਚਾਇਤ ਚੋਣਾਂ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਰਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਾਡੇ ਕੋਲ ਕੱਲ੍ਹ ਸ਼ਿਕਾਇਤ ਪਹੁੰਚੀ ਸੀ ਹਲਕਾ ਬਟਾਲਾ ਦੇ ਕੁਝ ਪਿੰਡ ਜਿਵੇਂ ਧੰਨੇ, ਬਟਾਲਾ ਗ੍ਰੰਥੀਆਂ, ਲੀਲ ਖੁਰਦ, ਅਸੂਲਪੁਰ, ਥਿੰਦ ਨਾਲ ਹੋਰ ਦੋ ਚਾਰ ਪਿੰਡ ਆਸ ਪਾਸ ਦੇ ਪਿੰਡ, ਜਿਨ੍ਹਾਂ ਵਿੱਚ ਇਹ ਸਾਨੂੰ ਸ਼ਿਕਾਇਤ ਮਿਲੀ ਕਿ ਜਿਹੜਾ ਲੋਕਤੰਤਰ ਦਾ ਘਾਣ ਕੀਤਾ, ਜਿਹੜੇ ਸਾਡੇ ਪਿੰਡਾਂ ਵਿੱਚ ਸਰਪੰਚ ਪੰਚਾਂ ਦੀ ਜਿਹੜੀ ਚੋਣ ਹੋਣ ਜਾ ਰਹੀ ਸੀ ਉਹ 'ਚ ਸਾਡੇ ਭਰਾਵਾਂ ਨੇ ਸਾਡੇ ਜਿਹੜੇ ਨਾਮਜ਼ਦਗੀ ਪੇਪਰ ਆਪਣੇ ਦਾਖਲ ਕਰਾਏ, ਪਰ ਬੜੀ ਬਦਕਿਸਮਤੀ ਦੀ ਗੱਲ ਆ ਕਿ ਸਰਕਾਰ ਨੇ ਪ੍ਰੈਸ਼ਰ ਪਾ ਕੇ ਇਹਨਾਂ ਜਿਹੜੇ ਕਾਗਜ਼ ਉਹ ਰੱਦ ਕਰ ਦਿੱਤੇ ਆ ਅਤੇ ਉਹਦਾ ਕੋਈ ਜਿਹੜਾ ਇਹਨਾਂ ਨੂੰ ਕਾਰਨ ਨਹੀਂ ਦਿੱਤਾ। ਇਹ ਜਨਾਬ ਧੰਨੇ, ਲੀਲ ਖੁਰਦ, ਬਟਾਲਾ ਗ੍ਰੰਥੀਆਂ ਅਤੇ ਅਸੂਲਪੁਰ ਅਤੇ ਥਿੰਦ ਪਿੰਡਾਂ ਨਾਲ ਦੋ ਚਾਰ ਪਿੰਡ ਹੋਰ ਵੀ ਆ ਜਿਹੜੇ ਸਾਡੇ ਕੋਲ ਹਜੇ ਨਾਂ ਨਹੀਂ ਆਏ। ਰਾਮਪੁਰ ਕਾਦੀਆਂ ਨੇੜੇ ਸਾਹਿਬ ਪਿੰਡ, ਇਹ ਸਾਡੇ ਜਿਹੜੇ ਵੀਰ ਆ ਸਾਡੇ ਕੋਲ ਕੱਲ੍ਹ ਸਾਡੇ ਗ੍ਰਹਿ ਪਹੁੰਚੇ ਸੀ, ਇਹਨਾਂ ਆਣ ਕੇ ਸਾਡੇ ਕੋਲ ਸਾਡੇ ਨਾਲ ਆਪਣੇ ਦੁੱਖ ਜਿਹੜਾ ਜ਼ਾਹਰ ਕੀਤਾ। ਸਾਡੀ ਅੱਜ ਸੀ ਐਮ ਨਾਲ ਮੀਟਿੰਗ ਸੀ, ਸਾਡੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਰਾਜੂ ਔਲਖੇ ਜੀ ਉੱਥੇ ਸੀ ਐਮ ਸਾਹਿਬ ਚੰਡੀਗੜ੍ਹ ਗਏ ਆ, ਉਹਨਾਂ ਦੇ ਕਹਿਣ ਮੁਤਾਬਕ ਮੈਂ ਜਨਰਲ ਸਕੱਤਰ ਪੰਜਾਬ ਵਜੋਂ ਆਪਣੀ ਡਿਊਟੀ ਨਿਭਾਉਣ ਇੱਥੇ ਆਇਆ ਅਤੇ ਸਾਡੀ ਜਥੇਬੰਦੀ ਬਿਲਕੁਲ ਲੋਕਤੰਤਰ ਦੇ ਨਾਲ ਖੜੀ ਆ। ਲੋਕਤੰਤਰ ਦਾ ਘਾਣ ਨਹੀਂ ਹੁਣ ਦਿੱਤਾ ਜਾਊਗਾ ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜਾ ਚੋਣ ਲੜਨ ਦਾ ਅਧਿਕਾਰ ਆ, ਕੋਈ ਵੀ ਚੋਣ ਲੜ ਸਕਦਾ, ਚਾਹੇ ਉਹ ਕਿਸੇ ਪਾਰਟੀ ਵਿੱਚ ਹੋਏ, ਚਾਹੇ ਅਮੀਰ ਆ, ਚਾਹੇ ਗਰੀਬ ਆ। ਕੁਝ ਸਾਡੇ ਵੀਰ ਜਿਹਨਾਂ ਕਾਗਜ਼ ਭਰੇ ਉਹ ਤੁਹਾਨੂੰ ਜਿਹੜੇ ਆਪਣੀ ਦੁੱਖ ਭਰੀ ਕਹਾਣੀ ਉਹ ਤੁਹਾਨੂੰ ਸੁਣਾਉਣਗੇ, ਜਿਹੜਾ ਸਰਕਾਰ ਨੇ ਬਿਲਕੁਲ ਧੱਕਾ ਕੀਤਾ ਸ਼ਰਿਆਮ। ਬਿਲਕੁਲ ਜੀ, ਲੋਕਤੰਤਰ ਜਿਹਦਾ ਪਹਿਲਾਂ ਵੀ ਦੱਸਿਆ ਹਰ ਇੱਕ ਬੰਦਾ ਜਿਹੜਾ ਇਲੈਕਸ਼ਨ ਲੜ ਸਕਦਾ, ਜੇ ਇਹਨਾਂ ਦੇ ਪੇਪਰ ਨਾ ਜਮ੍ਹਾਂ ਹੋਏ ਨਾ ਇਹਨਾਂ ਦੇ ਦਰੁਸਤ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਕੱਲ੍ਹ ਜਾਂ ਪਰਸੋਂ ਜਿਹੜਾ ਆਪਾਂ ਹਾਈਵੇ ਜਾਮ ਕਰਾਂਗੇ ਤਾਂ ਬਿਲਕੁਲ ਸਾਡੀ ਜਥੇਬੰਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਇਹਨਾਂ ਦੇ ਨਾਲ। ਸਾਡੇ ਕੋਲ ਆ ਬਟਾਲੇ ਹਲਕੇ ਦੇ ਜਿਹੜੇ ਪਿੰਡ ਵਾ ਇਹਨਾਂ ਦੇ ਵੀਰ ਸਾਡੇ ਕੋਲ ਪਹੁੰਚੇ ਕੱਲ੍ਹ, ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਆ ਸਾਡੇ MLA ਸਾਰੇ ਕਲਸੀ ਨੇ ਸਾਡੇ ਪਿੰਡ ਦੇ ਲੋਕਾਂ ਨਾਲ ਰਲ ਕੇ ਜਿਹੜੇ ਉਹਦੇ ਝੇਤੇ ਉਹਨਾਂ ਨਾਲ ਰਲ ਕੇ ਅਤੇ ਜਿਹੜੇ ਸਾਡੇ ਆ ਉਹ ਸਰਪੰਚੀ ਦੇ ਔਰ ਪੰਚੀ ਦੇ ਜਿਹੜੇ ਉਹ ਕਾਗਜ਼ ਜਿਹੜੇ ਉਹ ਕੈਂਸਲ ਕਰਾਤੇ ਆ। ਮੈਂ ਚੋਣ ਕਮਿਸ਼ਨਰ ਸਾਹਿਬ ਕੋਲ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੇ ਵੀਰਾਂ ਦੇ ਪਿੰਡਾਂ ਦੇ ਇਹਨਾਂ ਨੇ ਕੈਂਸਲ ਕਾਗਜ਼ ਕੈਂਸਲ ਕਰਾਏ, ਇਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਨੂੰ ਵੀ ਜਿਹੜੀ ਇਮਾਨਦਾਰ ਸਰਕਾਰ ਹੋਣ ਦਾ ਦਾਵਾ ਕਰਦੀ ਸੀ ਉਹਨੂੰ ਇਹ ਬੇਨਤੀ ਆ ਵੀ ਇਹ ਗੱਲ ਦੀਆਂ ਧੱਜੀਆਂ ਨਾ ਉਡਾਈਆਂ ਜਾਣ, ਇਹਨਾਂ ਨੂੰ ਜਿਹੜਾ ਆਪਣੇ ਚੋਣ ਲੜਨ ਦਾ ਅਧਿਕਾਰ ਉਹ ਦਿੱਤਾ ਜਾਵੇ ਅਤੇ ਅੱਜ ਹੀ ਜਿਹੜੇ ਇਹਨਾਂ ਦੇ ਕਾਗਜ਼ ਆ ਉਹ ਬਹਾਲ ਕੀਤੇ ਜਾਣ ਤਾਂ ਕਿ ਇਹ ਵੀ ਆਪਣੀ ਚੋਣ ਜਿਹੜੀ ਉਹ ਲੜ ਸਕਣ। ਅਸੀਂ ਕੱਲ੍ਹ ਨੂੰ ਆਪਣੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸੰਯੁਕਤ ਮੋਰਚੇ ਵੱਲੋਂ ਇਹਨਾਂ ਦੇ ਨਾਂ ਰਲ ਕੇ ਇੱਕ ਵੱਡਾ ਜਿਹੜੀ ਆ ਉਹ ਹਾਈਵੇ ਰੋਕਾਂਗੇ, ਉਹਨਾਂ ਚਿਰ ਹਾਈਵੇ ਰੋਕ ਛੱਡਾਂਗੇ ਜਿੰਨਾ ਚਿਰ ਤੱਕ ਇਹਨਾਂ ਦਾ ਮਸਲਾ ਜਿਹੜਾ ਉਹ ਚੋਣ ਲੜਨ ਦੇ ਨੂੰ ਹਰੀ ਝੰਡੀ ਨਹੀਂ ਮਿਲੇਗੀ। ਸ਼ੁਭ ਨਾਮ ਮੇਰਾ ਗੁਰਪ੍ਰੀਤ ਸਿੰਘ ਜੀ, ਪਿੰਡ ਧੰਨਿਆਂ ਦਾ ਜੀ, ਮੈਂ ਸਰਪੰਚੀ ਵਾਸਤੇ ਖੜਾ ਹਾਂ ਜੀ। ਅਸੀਂ ਚਾਰ ਫਾਈਲਾਂ ਭਰੀਆਂ ਸੀ ਸਰਪੰਚੀ ਵਾਸਤੇ, ਉਹਦੇ ਵਿੱਚ ਇੱਕ ਵੀ ਨਹੀਂ ਰਹਿਣ ਦਿੱਤੀ, ਸਭ ਰੱਦ ਕਰਤੀਆਂ, ਪਤਾ ਹੀ ਨਹੀਂ ਲੱਗਣ ਦਿੱਤਾ ਕਿੱਥੇ ਚਲ ਗਈਆਂ ਸਾਡੀਆਂ ਫਾਈਲਾਂ, ਕੋਈ ਓਬਜੈਕਸ਼ਨ ਵੀ ਨਹੀਂ ਲਗਾਇਆ ਗਿਆ, ਨਾ ਲਿਸਟ 'ਤੇ ਕੋਈ ਨਾ ਹੀ ਆਇਆ ਜੀ। ਸਾਡੇ ਨਾਲ ਬਹੁਤ ਸ਼ਹਿਰੀ ਕਲਸੀ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਕਿਰਾਇਆ ਜੀ। ਸਾਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜੀ, ਅੰਦਰ ਜਾਣ ਹੀ ਨਹੀਂ ਦਿੱਤਾ ਜੀ, ਆਰ ਓ ਸਾਹਿਬ ਤੱਕ ਜਾਣ ਹੀ ਨਹੀਂ ਦਿੱਤਾ, ਪਹਿਲੋਂ ਰਾਤੋਂ ਰਾਤ ਹੀ ਸਾਰਾ ਕੰਮ ਕਲੋਜ਼ ਕਰਤਾ ਜੀ। ਹਾਂਜੀ, ਲਿਫਟ ਤੋਂ ਵੇਖ ਕੇ ਆਏ ਜੀ, ਨਾ ਕੋਈ ਓਬਜੈਕਸ਼ਨ ਹੀ ਲਾਇਆ ਉਹਨਾਂ ਨੇ ਜੀ, ਲਿਫਟ ਦੇ ਨਾ ਪਤਾ ਹੀ ਸਾਡੇ ਪਿੰਡ ਦਾ ਕੋਈ ਲਿਫਟ 'ਤੇ ਨਾ ਹੀ ਕੋਈ ਓਬਜੈਕਸ਼ਨ ਦਾ ਪਤਾ ਹੀ ਨਹੀਂ ਲੱਗਾ ਲਿਫਟ 'ਤੇ ਜੀ। ਖਲੋਤੇ 'ਤੇ ਅਸੀਂ ਝਾੜੂ ਵੱਲੋਂ ਸੀ ਜੀ, ਪਰ ਸਾਡੇ ਨਾਲ ਜ਼ਿਆਦਾ ਹੀ ਧੱਕਾ ਕੀਤਾ ਗਿਆ। ਅਸੀਂ ਮਾਝਾ ਸੰਘਰਸ਼ ਕਮੇਟੀ ਦਾ ਜੀ ਸਹਾਰਾ ਲਿਆ ਜੀ। ਹਾਂਜੀ ਹਾਂਜੀ, ਪਹਿਲਾਂ ਵੀ ਇਹਨਾਂ ਦੇ ਨਾਲ ਇਸੇ ਪਾਰਟੀ ਨਾਲ ਅਸੀਂ ਮਤਲਬ ਰੱਖਦੇ ਹਾਂ ਜੀ, ਹੁਣ ਵੀ ਇਸੇ ਪਾਰਟੀ ਦਾ ਸਹਾਰਾ ਲਿਆ, ਇਹਨਾਂ ਦੇ ਨਾਲ ਹਾਂ ਜੀ ਬਿਲਕੁਲ ਖੜੇ ਹਾਂ, ਇਹ ਕਮੇਟੀ ਸਾਡੇ ਨਾਲ ਬਿਲਕੁਲ ਖੜੀ ਆ ਜੀ।
ਜੀ ਮੇਰੇ ਫਾਦਰ ਸਾਹਿਬ ਨੇ ਇਹਨਾਂ ਦਾ ਨਾਂ ਤਰਸੇਮ ਸਿੰਘ ਬੁਟਰਿਆ, ਪਿੰਡ ਵਡਾਲਾ ਗ੍ਰੰਥੀਆਂ, ਮੇਰਾ ਨਾਂ ਗੁਰਵਿੰਦਰ ਸਿੰਘ ਆ। ਅਤੇ ਇਹਨਾਂ ਨੇ ਪੰਚਾਇਤ ਵਾਸਤੇ ਸਰਪੰਚੀ ਦੀ ਇਲੈਕਸ਼ਨ ਵਾਸਤੇ ਆਪਣੇ ਨਾਮਜ਼ਦਗੀ ਕੀਤੀ ਸੀਗੀ ਅਤੇ ਸਾਨੂੰ ਸ਼ੁਰੂ ਤੋਂ ਲੱਗ ਰਿਹਾ ਸੀਗਾ ਕਿ ਇਹ ਪ੍ਰੋਸੈਸ ਜਿਹੜਾ ਆ ਬਿਲਕੁਲ ਵੀ ਸਹੀ ਨਹੀਂ ਚੱਲ ਰਿਹਾ, ਕਿਉਂਕਿ ਸਾਨੂੰ ਹਰੇਕ ਜਿਹੜੇ ਕਾਨੂੰਨੀ ਗਵਰਨਮੈਂਟ ਡਾਕੂਮੈਂਟ ਦੀ ਲੋੜ ਪੈਣੀ ਸੀਗੀ, ਉਹਦੇ ਵਾਸਤੇ ਬੜਾ ਡਰੈਗ ਕੀਤਾ ਗਿਆ, ਬਹੁਤ ਘਸੀਟਿਆ ਗਿਆ। ਇਗਜ਼ਾਮਪਲ ਤੌਰ 'ਤੇ ਜਿੱਦਾਂ NOC ਜਿਹੜੇ ਚੂਲ੍ਹਾ ਵਾਲੇ ਸੀਗੇ ਜਿਹੜੇ ਡਾਕੂਮੈਂਟ, ਉਹਦੇ ਵਾਸਤੇ ਵੀ ਬੜਾ ਡਰੈਗ ਕੀਤਾ, ਬਹੁਤ ਡਿਲੇ ਕੀਤਾ। ਇੱਕ ਦਿਨ ਪਹਿਲਾਂ ਸਾਨੂੰ ਮਿਲੇ ਨੇ ਅਤੇ ਉਸ ਤੋਂ ਬਾਅਦ ਜਿਹੜੀ NOC ਉਹ ਤਾਂ ਸਾਨੂੰ ਦਿੱਤੀ ਨਹੀਂ ਗਈ। ਇੱਥੇ ਸਾਨੂੰ ਦੁਪਹਿਰੇ 11-12 ਵਜੇ ਤੱਕ ਸਾਨੂੰ ਬਿਠਾਈ ਛੱਡਿਆ BDO ਸਾਹਿਬ ਨੇ, ਕੋਈ ਸਾਡਾ ਫੋਨ, ਪਹਿਲਾਂ ਫੋਨ ਆਨਸਰ ਕਰਦੇ ਰਹੇ, ਆ ਗਏ, ਫਿਰ ਉਸ ਤੋਂ ਬਾਅਦ ਉਹਨਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਇੱਥੋਂ ਸਾਨੂੰ ਆਲਰੇਡੀ ਸ਼ੰਕਾ ਸੀਗੀ ਵੀ ਕੋਈ ਨਾ ਕੋਈ ਗੜਬੜ ਹੈਗੀ ਹੈ। ਅੱਜ ਇਹ ਹੋਇਆ ਵੀ ਅਸੀਂ ਆਪਣੀ ਫਾਦਰ ਸਾਹਿਬ ਦਾ ਅਤੇ ਆਪਣੇ ਪਿੰਡ ਦੇ ਹੋਰ ਵੀ ਮੈਂਬਰਾਂ ਦਾ ਨਾਮ ਦੇਖਣ ਗਏ ਹਾਂ, ਲਿਸਟ ਦੇ ਉੱਤੇ ਨਾਂ ਹੀ ਨਹੀਂ ਹੈਗਾ। ਵਜ੍ਹਾ ਛੱਡ ਦਿਉ, ਵਜ੍ਹਾ ਛੱਡ ਦਿਉ ਕਿ ਮਤਲਬ ਅਸੀਂ ਵਜ੍ਹਾ ਪੁੱਛੇ ਵੀ ਕਿਉਂ ਸਾਡੇ ਨਾਮ ਕੱਟੇ ਗਏ, ਵਜ੍ਹਾ ਛੱਡ ਦਿਉ, ਸਾਡੀਆਂ ਫਾਈਲਾਂ ਹੀ ਨਹੀਂ ਹੈਗੀਆਂ, ਸਾਡੇ ਕੋਲ ਰਸੀਦ ਨੰਬਰ ਹੈਗੇ ਨੇ ਜਿਹੜੇ ਅਸੀਂ ਫਾਈਲਾਂ ਸਬਮਿਟ ਕੀਤੀਆਂ। ਅਸੀਂ ਟੋਟਲ 18 ਜਣਿਆਂ ਨੇ ਕੀਤੀਆਂ ਸੀਗੀਆਂ, 18 ਦੇ ਵਿੱਚੋਂ ਸਿਰਫ 5 ਫਾਈਲਾਂ ਇਹਨਾਂ ਨੇ ਐਕਸੈਪਟ ਕੀਤੀਆਂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।